ਨਮਸਕਾਰ ਖਬਰਾਂ ਦੇ ਇਸ ਬੁਲਟਿੰਗ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਨੂੰ ਪਹਿਲਾ ਪੇਸ਼ ਨੇ 29ਵੀਆਂ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੇ ਸਮੁੰਦਰੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਲ ਸੈਨਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਦੋ ਦਿਨਾ ਬੈਠਕ ਵਿੱਚ ਸ਼ਿਰਕਤ ਕਰਨਗੇ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਰਾਰਜ ਸਿੰਘ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਟਾਰਟਅਪ ਯੋਜਨਾ ਨਾਲ ਨੌਜਵਾਨਾਂ ਨੂੰ ਵਧੇਰੇ ਲਾਭ ਹੋਇਆ ਹੈ। ਕੇਂਦਰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬੀਐਸਐਫ ਵੱਲੋਂ ਪਾਈ ਜਾ ਰਹੀ ਯੋਗਦਾਨ ਦੀ ਕੀਤੀ ਸ਼ਲਾਘਾ। ਗੁજરાਤ ਵਿਧਾਨ ਸਭਾ ਦੇ ਦੂਜੇ ਗੇਂਦੀਆਂ ਚੋਣਾਂ ਲਈ ਵੋਟਾਂ ਪਵਾਉਣ ਦਾ ਕੰਮ ਸ਼ੁਰੂ ਤਿਹਨ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੇ ਸਮੁੰਦਰੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਲ ਸੈਨਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅੰਧਪ੍ਰਦੇਸ਼ ਵਿਸ਼ਾਖਾਪਟਨਮ ਵਿਖੇ ਜਲ ਸੈਨਾ ਦਿਵਸ ਦੇ ਮੌਕੇ ਉਤੇ ਆਯੋਜਿਤ ਸੰਚਾਲਨ ਪ੍ਰਦਰਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜਲ ਸੈਨਿਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦਾ ਦਿਨ ਸ਼ਹੀਦਾਂ ਨੂੰ ਯਾਦ ਕਰਨ ਅਤੇ ਉਹਨਾਂ ਨੂੰ ਮਾਨ ਇੱਜ਼ਤ ਦੇਣ ਦਾ ਦਿਨ ਹੈ ਜੋ ਹਰ ਪੀੜੀ ਨੂੰ ਪ੍ਰੇਰਿਤ ਕਰਦੇ ਰਹੇ ਨੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਰੱਖਿਆ ਸੜਕੀ ਆਵਾਜਾਈ ਰਾਜਮਾਰਗ ਅਤੇ ਜਨਜਾਤੀ ਮੰਤਰਾਲਾ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ Defence Research and Development Organisation DRDO has established the state of the art National Open Air Range NOR at Orvakal Mandal of Karnool district in Andhra Pradesh. NOR spread over 3000 acres provides integrated open air range of up to 7.5 kilometers capable of simulating battlefield emitter scenarios for testing and evaluation of electronic warfare systems. and high energy laser systems nor is equipped with radar and communication emitter simulators turntable of capacity Andhra Pradesh di apni 2 dina yatra duran rashtrapati ne kai hor program vich vi hissa liya oh kal vijayawada ponche san ate ajj tirupati vich shri padmavathi mahila university vich vidyarthi adhyapaka ate vishesh uplabdhiyan hasil karan waliyan mahilawan naal gal baat karan ge ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁਖ ਦਫ਼ਤਰ ਵਿੱਚ ਪਾਰਟੀ ਦੀ ਰਾਸ਼ਟਰੀ ਔਦਿਦਾਰਾਂ ਦੀ 2 ਦਿਨਾਂ ਮੀਟਿੰਗ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਪਾਰਟੀ ਔਦਿਦਾਰਾਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੇ। ਪਾਰਟੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਵਿਧਾਨ ਸਭਾ ਦੀ ਚੋਣ ਲਈ ਅਹਮਦਾਬਾਦ ਵਿੱਚ ਆਪਣਾ ਵੋਟ ਪਾਉਣ ਤੋਂ ਬਾਅਦ ਪਾਰਟੀ ਦੇ ਰਾਸ਼ਟਰੀ ਔਦਿਦਾਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਬੈਠਕ ਦੀ ਪ੍ਰਧਾਨਗੀ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕਰਨਗੇ ਮੀਟਿੰਗ ਦੌਰਾਨ ਦੇਸ਼ ਦੇ ਕੁਝ ਸੂਬਿਆਂ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਨਾਲ-ਨਾਲ ਪਾਰਟੀ ਦੀ ਭਵਿੱਖ ਦੀ ਰਣਨੀਤੀ ਉੱਤੇ ਵੀ ਚਰਚਾ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਾਰਟੀ ਦੀਆਂ ਬੂਥ ਕਮੇਟੀਆਂ ਤੋਂ ਲੈ ਕੇ ਵੱਖ-ਵੱਖ ਸੰਗਠਨਾਤਮਕ ਗਤੀਵਿਧੀਆਂ ਤੇ ਵੀ ਚਰਚਾ ਕੀਤੀ ਜਾਵੇਗੀ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਤੇ ਯੂਵਾ ਮਾਮਲੇ ਬਾਰੇ ਕੇਂਦਰੀ ਮੰਤਰੀ ਨਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਸਟਾਰਟਅਪ ਯੋਜਨਾ ਨਾਲ ਨੌਜਵਾਨਾਂ ਨੂੰ ਬਦੇਰੇ ਲਾਭ ਹੋਇਆ ਹੈ ਅਤੇ ਦੇਸ਼ ਦੇ 110 ਸਟਾਰਟਅਪਸ ਨੂੰ ਹੁਣ ਯੂਨੀਕੌਰਨ ਦਾ ਦਰਜਾ ਮਿਲ ਗਿਆ ਹੈ हिसार ਸਥਿਤ ਓਮ ਸਟਰਲਿੰਗ ਗਲੋਬਲ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਿਗਰੀ ਵਿਦਿਆਰਥੀਆਂ ਨੂੰ ਮੰਜ਼ਿਲ ਪਾਉਣ ਲਈ ਵੈਤ ਰਸਤਾ ਪ੍ਰਦਾਨ ਕਰਦੀ ਹੈ ਇਸ ਤੋਂ ਪਹਿਲਾਂ ਅਨੁਰਾਗ ਸਿੰਘ ਠਾਕੁਰ ਨੇ 815 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਡਿਪਲੋਮੇ ਪ੍ਰਦਾਨ ਕੀਤੇ ਅਤੇ 4 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸੋਨ ਤਮਗਿਆਂ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਯੂਨੀਵਰਸਿਟੀ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨ ਬਾਣੀ ਦਾ ਉਦਘਾਟਨ ਵੀ ਕੀਤਾ ਅਤੇ ਕਿਹਾ ਕਿ ਨੌਜਵਾਨ ਭਾਰਤ ਦੇ ਵਿਕਾਸ ਦਾ ਇੰਜਣ ਨੇ ਜਦ ਕੀ ਭਾਰਤ ਵਿਸ਼ਵ ਦੇ ਵਿਕਾਸ ਦਾ ਇੰਜਣ ਹੈ। ਉਹਨਾਂ ਇਸ ਮੌਕੇ हिसार ਦੂਰਦਰਸ਼ਨ ਕੇਂਦਰ ਦਾ ਦੌਰਾ ਵੀ ਕੀਤਾ ਅਤੇ ਕੇਂਦਰ ਦੀਆਂ ਵੱਖ-ਵੱਖ ਇਕਾਈਆਂ ਦਾ ਨਿਰੀਖਣ ਕੀਤਾ। ਸੀਮਾ ਸੁਰੱਖਿਆ ਬਲ ਨੇ ਆਪਣੇ 82 ਸਥਾਪਨਾ ਦਿਵਸ ਮੌਕੇ ਕੱਲ ਅੰਮ੍ਰਿਤਸਰ ਵਿੱਚ ਕੌਮੀ ਪੱਦਰ ਦੇ ਸ਼ਾਨਦਾਰ ਸਮਾਗਮ ਦਾ ਉਦਘਾਟਨ ਕੀਤਾ ਕੇਂਦਰੀ ਗੈਰ ਰਾਜ ਮੰਤਰੀ ਨਿਤਿਆਨੰਦ ਰਾਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਹੋਏ ਸਮਾਗਮ ਦੇ ਮੁੱਖ ਮਹਿਮਾਨ ਸਨ ਉਨ੍ਹਾਂ ਬਲ ਦੇ ਜਵਾਨਾਂ ਦੀ ਸ਼ਾਨਦਾਰ ਪ੍ਰੇਟ ਤੋਂ ਸਲਾਮੀ ਲਈ ਇੱਕ ਰਿਪੋਰਟ ਔਰ ਉਹਦੇ ਪਿੱਛੇ ਫਰੇਟ ਵਾਈ ਕਦਮ ਨਾਲ ਕਦਮ ਮਿਲਾਉਂਦੇ ਸੀਮਾ ਸੁਰੱਖਿਆ ਬਲ ਦੇ ਇਹ ਜਵਾਨ ਮੌਕਾ ਰਿਹਾ ਬਲ ਦੇ 85ਵੇਂ ਸਥਾਪਨਾ ਦਿਵਸ ਸੰਬੰਧੀ ਪਰੇਡ ਦਾ ਇਸ ਤੱਕ ਵਾਹ ਬਣਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਕੇਡ ਸਟੇਡੀਅਮ ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਨ ਅਨੰਦ ਰੌਏ ਨੇ ਇਸ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ ਪਰੇਡ ਵਿੱਚ ਸੀਮਾ ਸੁਰੱਖਿਆ ਬਲ ਦੀਆਂ 11 ਫਰੰਟੀਅਰ ਦੇ ਜਵਾਨਾਂ ਅਤੇ ਮਹਿਲਾ ਟੁਕੜੀਆਂ ਨੇ ਹਿੱਸਾ ਲਿਆ ਮਹਿਲਾ ਪ੍ਰਹਾਰੀ ਦਲ ਕੇਮਲ ਕੌਰ ਕੈਮਲ ਬੈਂਡ ਅਤੇ ਕੈਵਲਰੀ ਕੋਰ ਇਸ ਪ੍ਰੇਡ ਦੀ ਖੇਚ ਦਾ ਕੇਂਦਰ ਬਣੇ। ਸਥਾਪਨਾ ਦਿਵਸ ਦਾ ਇਹ ਮੌਕਾ ਇਸ ਬਲ ਲਈ ਬਿਲਕੁਲ ਖਾਸ ਹੈ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਫਰੰਟ ਲਈ ਇਹ ਮੌਕਾ ਖਾਸ ਹੈ ਕਿਉਂਕਿ ਕੌਮੀ ਪੱਧਰ ਦਾ ਇਹ ਪ੍ਰੋਗਰਾਮ ਜਿਹੜਾ ਪਹਿਲੀ ਵਾਰ ਪੰਜਾਬ ਵਿੱਚ ਹੋ ਰਿਹਾ ਹੈ ਇਸ ਪਰੇਡ ਦੌਰਾਨ ਸੀਮਾ ਸੁਰੱਖਿਆ ਬਲਦੀਆਂ ਵੱਖ-ਵੱਖ ਟੁਕੜੀਆਂ ਨੇ ਸ਼ਾਨਦਾਰ ਕਰਤੱਵਾਂ ਦਾ ਪ੍ਰਦਰਸ਼ਨ ਕੀਤਾ ਇਹਨਾਂ ਵਿੱਚ ਔਰਤਾਂ ਤੇ ਮਰਦਾਂ ਦੀ ਮੋਟਰਸਾਈਕਲ ਡੀਅਰ ਡੈਵਲ ਟੀਮ ਸੀਮਾ ਪਵਾਨੀ ਅਤੇ ਜਾਮਾਸ ਟੀਮ ਦੇ ਹੈਰਾਨਕੁਨ ਕਰਤੱਵ ਵੀ ਸ਼ਾਮਲ ਰਹੇ गुरु नानक देव यूनिवर्सिटी के विद्यार्थियों वलो गिद्दे दी शानदार पेशकारी कीती गई अपने संबोधन में नित्यानंद राय ने कहा कि आज बल दिया महिला जवान एक नया इतिहास सृज रही हैं आज परेड पर बहनों के अनुशासन और ड्रिल को देखकर ऐसा एहसास होता है कि सीमा सुरक्षा बल में महिला रक्षक आज अपने अद्भुत जोश और साहस से चाहो जम्मू कश्मीर हो पूर्वोत्तर भारत हो राजस्थान के गर्म तेली जमीन हो या रन कक्ष का इलाका हो हर जगह ये नए कीर्तिमान स्थापित कर अपनी वीरता की कहानियां लिख रही हैं। महिला सशक्तिकरण में सीमा सुरक्षा बल में सीमा पर हमेशा सतर्क और चौकस रहने वाली महिला रक्षकों की निगाहें आज राष्ट्र की रक्षा की पहली पंक्ति का अभिन्न अंग है केंद्रीय मंत्री नित्यानंद राय ने पिछले एक बार दौरान बल वालों हासिल उपलब्धियां दस विगत एक वर्ष में सीमा सुरक्षा बल द्वारा तीन आतंकवादी माओवादी पकड़े गए और दो माओवादियों को मार गिराया भारत की आंतरिक सुरक्षा को सुदृढ़ बनाने हेतु तो सीमा सुरक्षा बल द्वारा आठ आतंकवादियों माओवादियों को आत्मसमर्पण कराया गया तथा कुल दो हजार आठ घुसपैठिए पकड़े गए इसके अलावा इसी अवधि में बल द्वारा कुल बहत्तर अवैध हथियार जब्त किए गए हैं देश के विभिन्न प्रांतों में निष्पक्ष चुनावों के संपादन में आपका योगदान सराहनीय रहता है ਉਹੀ ਆਪਦਾ ਪ੍ਰਬੰਧਨ ਅਭਿਆਨੋ ਮੇ ਆਪਕੇ ਦੁਆਰਾ ਕੀਏ ਗਏ ਪ੍ਰਯਾਸ ਉਲੇਖਨੀ ਹੈ ਇਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਬਲਦੇ ਡੀਜੀ ਪੰਕਜ ਕੁਮਾਰ ਸਿੰਘ ਵਿਧੀਕ ਡੀਜੀ ਪੱਛਮ ਪੀਵੀ ਰਾਮਾ ਸ਼ਾਸਤਰੀ ਅਤੇ ਪੰਜਾਬ ਫਰੰਟੀਅਰ ਦੇ ਆਈਜੀ ਆਸੀਫ ਜਲਾਲ ਸਮੇਤ ਬਲਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ ਕੈਮਰਾਮੈਨ ਅਮਰ ਸਿੰਘ ਤੇ ਆਰਪੀ ਸਿੰਘ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਅੰਮ੍ਰਿਤਸਰ ਇਸ ਤੋਂ ਪਹਿਲਾਂ ਕਲਸਵਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਨੰਦ ਰਾਏ ਬੀਐਸਐਫ ਦੇ ਅੰਮ੍ਰਿਤਸਰ ਲੱਗੇ ਖਾਸਾ ਸਥਿਤ ਕੰਪਲੈਕਸ ਵਿੱਚ ਪਹੁੰਚੇ ਉਹਨਾਂ ਸ਼ਹੀਦੀ ਸਮਾਰਕ ਤੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਬਲਦੇ ਅਧਿਕਾਰੀ ਵੀ ਉਹਨਾਂ ਨਾਲ ਮੌਜੂਦ ਰਹੇ ਇਜ਼ਰਾਨ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬਲ ਦੇ ਅਧਿਕਾਰੀ ਤੇ ਜਵਾਨ ਪੂਰੀ ਤਰ੍ਹਾਂ ਵਚਨਬੱਧ ਨੇ ਸਥਾਪਨਾ ਦਿਵਸ ਸਪਰੇਡ ਮਗਰੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਬਲ ਦੇ 1954 ਜਵਾਨਾਂ ਤੇ ਅਧਿਕਾਰੀਆਂ ਨੇ ਦੇਸ਼ ਖਾਤਰ ਆਪਣੀ ਜਾਨ ਵਾਰੀ ਹੈ ਇੱਕ ਰਿਪੋਰਟ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਸਰਹੱਦ ਸਮੇਤ ਹੋਰ ਖੇਤਰਾਂ ਵਿੱਚ ਬਲ ਵੱਲੋਂ ਸੁਰੱਖਿਆ ਦੀ ਵਚਨਬੱਧਤਾ ਦੁਹਰਾਈ ਆਜ ਤੱਕ 1954, 1954 हमारे जवानों और अफसरों ने देश की सुरक्षा के खातिर अपने प्राणों की आहुति दी है उन्हीं की याद में और अपने आप को एक बार पुनः कमिट करते हुए कि इस देश की सुरक्षा के लिए इसकी अक्षुणता के लिए और इसकी संप्रभुता को एकजुट बनाए रखने के लिए हम समस्त बीएसएफ परिवारजन एक एक सिपाही से लेकर सारे उच्च अधिकारी पूरी तरह से कटिबद्ध हैं उन्होंने समाज विरोधी आंसर से नकेल कसण लिये लोगों को बल नई आख्या पूरे भारतवर्ष के लोगों से मैं यही अपेक्षा करता हूँ कि जहाँ भी बी तैनात है बॉर्डर्स पे तैनात है इंटरनल सिक्योरिटी के लिए तैनात है आपसे जो कुछ भी बन पड़े कोई आसूचना इंटेलिजेंस के तौर पे गलत तरह के लोगों या पदार्थों की आवक जावक के, के संबंध में यदि आपका सूचना हो तो हमको बताएं ताकि हम हमारे हाथ और मजबूत हों और देश की सुरक्षा का जो एक दायित्व हमको दिया गया है वो हम पूरी तरह से निभा सकें सरहद पारों ड्रोन दिन घटनावे उन्होंने कहा कि इस नाल नजिठण लिये छेती ही नवी तकनीक लिया जाएगी मैं आपको आश्वस्त करता हूँ कि जो भी लेटेस्ट टेक्नोलॉजी हो हमने काफ़ी कुछ टेक्नोलॉजी को अपनाया जरूर है और इसी के फलस्वरूप टेक्नोलॉजी प्लस जो हमारे जवान बॉर्डर्स पे मुस्तैद और चुस्त हैं दोनों के मिलान से ये संभव हो पा रहा है जो कि आप रिजल्ट्स कुछ समय से देख रहे हैं पंकज कुमार सिंह ने कहा कि बल दे जवाना वालों इस साल सतारा रोन डेगे गए ने शिशु शर्मा शांतल दूरदर्शन समाचार अमृतसर गुजरात विधानसभा के दूजे गेड़ दोटा पवा का काम हूं तो थोड़ी देर पहला शुरू हो गया ਇਸ ਗੇੜ ਵਿੱਚ ਅੰਮਦਾਬਾਦ, ਵੜੋਦਰਾ ਅਤੇ ਗਾਂਦੀਨਗਰ ਸਮੇਤ 14 ਜ਼ਿਲ੍ਹਿਆਂ ਦੀਆਂ 93 ਸੀਟਾਂ ਲਈ ਅੱਜ ਸ਼ਾਮ 5 ਵਜੇ ਤੱਕ ਵੋਟਾਂ ਪੁਆਈਆਂ ਜਾਣਗੀਆਂ। ਇਸ ਗੇੜ ਦੀਆਂ ਚੋਣਾਂ ਵਿੱਚ 69 ਮਹਿਲਾ ਉਮੀਦਵਾਰਾਂ ਸਮੇਤ ਕੁੱਲ 833 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਵਿਧਾਨ ਸਭਾ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦਾਇਰੇ ਨੂੰ ਜ਼ਿਲ੍ਹਾ ਤੇ ਯੂਨੀਵਰਸਿਟੀ ਪੱਧਰ ਤੱਕ ਵਧਾਉਂਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਨਮਾਨ ਸਮਾਗਮ ਦੀ ਪ੍ਰਦਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਾਉਣ ਅਤੇ ਉਨ੍ਹਾਂ ਅੰਦਰ ਫੌਜ ਵਿੱਚ ਭਰਤੀ ਹੋਣ ਦੀ ਭਾਵਨਾ ਪੈਦਾ ਕਰਨ ਲਈ ਇਹ ਫੈਸਟੀਵਲ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ ਤੱਕ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ ਤਾਂ हतियारबंद फौजਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ ਭਾਰਤੀ ਫੌਜ ਦੇ ਸਮਰਪਣ ਵਚਨਬੱਧਤਾ ਅਤੇ ਦੇਸ਼ ਭਗਤੀ ਦੀ ਸ਼ਲਾਘਾ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਦੀ ਬਹਾਦਰੀ ਦੀ ਮਿਸਾਲ ਵਿਸ਼ਵ ਵਿੱਚ ਕਿਤੇ ਵੀ ਨਹੀਂ ਮਿਲਦੀ ਅਤੇ ਹਰ ਹਥਿਆਰਬੰਦ ਫੌਜਾਂ ਨੇ ਆਪਣੇ ਹੌਂਸਲੇ ਅਤੇ ਬਹਾਦਰੀ ਨਾਲ ਕਈ ਪ੍ਰੇਰਣਾਦਾਇਕ ਇਬਾਰਤਾਂ ਲਿਖੀਆਂ ਨੇ ਇਸ ਮੌਕੇ ਉਨ੍ਹਾਂ ਕਈ ਪੁਸਤਕਾਂ ਵੀ ਰਿਲੀਜ਼ ਕੀਤੀਆਂ ਅਤੇ ਕਈ ਉੱਗੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੁੱਬੇ ਵਿੱਚ ਜਨੇਪੇ ਦੌਰਾਨ ਮਾਵਾਂ ਦੀ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਵਿੱਚ ਵਧੇਰੇ ਕਾਮਯਾਬੀ ਹਾਸਲ ਕੀਤੀ ਹੈ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਂਕੜਾ ਅਨੁਸਾਰ ਸੂਬੇ ਵਿੱਚ ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ 129 ਤੋਂ ਘਟ ਕੇ 105 ਤੱਕ ਆ ਗਈ ਹੈ ਜੋ 13.93% ਦੀ ਕਮੀ ਦਰਸਾਉਂਦੀ ਹੈ। ਉਹਨਾਂ ਦੱਸਿਆ ਕਿ ਜੱਚਾ ਮੌਤ ਦਰ ਵਿੱਚ ਆਈ ਕਮੀ ਸੂਬੇ ਦੇ ਸਿਹਤ ਅਤੇ ਸਮਾਜਿਕ ਆਰਥਿਕ ਵਿਕਾਸ ਨੂੰ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਜਨੇਪੇ ਦੌਰਾਨ ਮਹਿਲਾਵਾਂ ਦੀ ਦੇਸੀ ਜੇਰੀਅਨ ਆਪਰੇਸ਼ਨ ਦੀ ਥਾਂ ਤੇ ਆਮ ਜਨੇਪੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਵਿੱਚ ਜਨੇਪਾਂ ਜਾਂ ਗੈਰ ਸਿੱਖਿਤ ਢੰਗ ਰਾਹੀਂ ਜਨੇਪੇ ਤੋਂ ਪੂਰੀ ਤਰ੍ਹਾਂ ਗੁਰੇਸ਼ਕਰਨ ਤਾਂ ਜੋ ਮਾਂ ਆਪਣੇ ਤੇ ਜਨਮ ਲੈਣ ਵਾਲੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪੰਜਾਬ ਸਰਕਾਰ ਨੇ ਜਲੰਧਰ ਸ਼ਹਿਰ ਵਿੱਚ ਜਲ ਸਪਲਾਈ ਤੇ ਸੀਵਰੇਜ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਹੋਰ ਵਿਕਾਸ ਕਾਰਜਾਂ ਤੇ ਕੋਈ 7 ਕਰੋੜ 29 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਹੈ। ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਪੀਰ ਸਿੰਘ ਨਿੱਜਰ ਨੇ ਚੰਡੀਗੜ੍ਹ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਵਿੱਚ ਜਲ ਸਪਲਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਡੀਆਈਕੇ 7 ਜਲ ਸਪਲਾਈ ਲਾਈਨ ਵਿਛਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਘਰਾਂ ਦੇ ਕਨੈਕਸ਼ਨਾਂ ਸਮੇਤ ਫਾਇਰ ਹਾਈਡਰੇਟਸ ਆਦ ਦੇ ਕੰਮ ਕੀਤੇ ਜਾਣਗੇ ਜਿਨ੍ਹਾਂ ਉੱਪਰ ਤਕਰੀਬਨ 6 ਕਰੋੜ 34 ਲੱਖ ਰੁਪਏ ਖਰਚ ਦਾ ਅਨੁਮਾਨ ਹੈ ਅਨ ਦੱਸਿਆ ਕਿ ਜਲੰਧਰ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਇੰਪਰੂਵਮੈਂਟ ਰਸਤੇ ਕੰਮਾਂ ਅਤੇ ਸ਼ਹਿਰ ਦੀ ਸਾਫ ਸਫਾਈ ਲਈ ਵੱਖ-ਵੱਖ ਅਸਾਮੀਆਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣਗੀਆਂ ਜਿਨ੍ਹਾਂ ਤੇ ਤਕਰੀਬਨ 68 ਲੱਖ 29000 ਰੁਪਏ ਖਰਚ ਆਉਂਦਾ ਅਨੁਮਾਨ ਹੈ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ